ਆ ਵੇਖੋ ਸਾਈ ਨੇ ਰੋਜ਼ ਪਾਹੁਲ ਨੂੰ ਸਤਾਉਣਾ ਹੁੰਦਾ, ਇੱਦਾਂ ਉਹਦੇ ਨਾਲ ਘੁਲਣਾ ਹੁੰਦਾ, ਉਹਨੂੰ ਢਾ ਕੇ ਤੇ ਜਿੱਤਣਾ ਹੁੰਦਾ ਵੀ ਮੈਂ ਜਿੱਤ ਗਈ। ਸਾਂਝ ਜਿੱਤ ਗਈ, ਜਿੱਤ ਗਈ। ਪਾਹੁਲ ਤੇਰਾ ਚੁੰਬੜ ਕਰ ਦੇਣਾ ਉਹਨੇ। ਚੁੰਬਰ ਕਰ ਰਹੇ ਪਾਹੁਲ ਦੇ। ਸਾਂਝ ਸਾਂਝ ਜਿੱਤ ਗਈ, ਜਿੱਤ ਗਈ, ਸਾਂਝ ਜਿੱਤ ਗਈ। ਬਸ ਮੈਂ ਸਾਂਝ ਜਿੱਤ ਗਈ, ਜਿੱਤ ਗਈ, ਜਿੱਤ ਗਈ, ਸਾਂਝ ਜਿੱਤ ਗਈ, ਇੱਦਾਂ ਕਰਦੇ। ਹਾਂ ਨਹੀਂ ਨਹੀਂ ਕਹਿੰਦੀ ਛੱਡ। ਹਾਂਜੀ ਅੱਜ ਐਤਵਾਰ ਅਤੇ ਸਵੇਰੇ ਸਵੇਰੇ ਲੱਗੀ ਹੋਈ ਹੈ ਬਾਰਿਸ਼ ਬਹੁਤ ਜ਼ਿਆਦਾ। ਮੈਂ ਸੋਚਿਆ ਸੀ ਐਤਵਾਰ ਦਾ ਦਿਨ ਆ, ਧੁੱਪ ਧੱਪ ਲੱਗੇਗੀ ਅਤੇ ਹੋਰ ਬਾਜ਼ਾਰ ਦਾ ਕੰਮ ਕੁੰਮ ਕਰਕੇ ਆਵਾਂਗੇ, ਪਰ ਗੱਡੀ ਧੁੱਪ ਹੀ ਗਈ ਆ, ਉੱਦਾਂ ਧਵਾ ਕੇ ਲਿਆਉਣੀ ਸੀ। ਬਹੁਤ ਜ਼ਿਆਦਾ ਬਾਰਿਸ਼ ਲੱਗੀ ਹੋਈ ਹੈ ਐਤਵਾਰ ਦੇ ਦਿਨ। ਅਤੇ ਸਵੇਰੇ ਪਾਹੁਲ ਦਾ ਆ ਕੰਪੀਟੀਸ਼ਨ, ਅਤੇ ਉਹਦੀ ਮੰਮਾ ਨੂੰ ਰਿਵੀਜ਼ਨ ਕਰਵਾਉਣ ਡੇ ਆ, ਤਿਆਰੀ ਕਰਵਾਉਣ ਡੇ ਆ ਉਹਦੀ। ਤਕਰੀਬਨ ਤਕਰੀਬਨ ਸਹੀ ਚੱਲਣ ਡਿਆ ਪੜ੍ਹਾਈ ਦੇ ਵਿੱਚ, ਅਤੇ ਇੱਧਰ ਅਜੇ ਪੜ੍ਹਾਈਆਂ ਦਾ ਕੋਈ ਫਿਕਰ ਨਹੀਂ ਹੈਗਾ, ਇੱਧਰ ਅਜੇ ਖੇਡਣਾ ਆ ਅਤੇ ਸ਼ਰਾਰਤਾਂ ਕਰਨੀਆਂ। ਉਹ ਲੈ ਗੈਸ 'ਤੇ ਦੁੱਧ ਰੱਖਿਆ ਸੀ ਅਤੇ ਦੁੱਧ ਘੱਟ ਗੈਸ ਹੀ ਉਬਲਿਆ, ਨਹੀਂ ਤਾਂ ਆਪਾਂ ਕਰ ਦਿੰਦੇ ਹਾਂ ਬੰਦ। ਕਰਤਾ ਬੰਦ, ਆਜੋ ਆਜੋ ਆਜ। ਨਹੀਂ ਨਹੀਂ ਉਹ ਬਾਹਰ ਹੀ ਉਹਦਾ ਅਜੇ ਸਿਰ ਜਿਹਾ ਬਾਹਰ ਨਿਕਲਿਆ ਸੀ ਅਜੇ, ਨਹੀਂ ਸੁੱਕ ਗਿਆ ਹੋਣਾ, ਮੈਂ ਬੜੀ ਦੇਰ ਦਾ ਰੱਖਿਆ। ਅੱਛਾ ਲਾਟੂ ਲਿਖੋ ਲਿਖੋ, ਤੂੰ ਸ਼ੂਜ ਲਾ ਵੀ ਲਏ ਆ, ਚੱਲ ਆ ਜਾ ਰਜਾਈ 'ਚ ਬਹਿ ਜਾ ਉੱਤੇ, ਅਜੇ ਠੰਡ ਬੜੀ ਹੈ ਬਾਹਰ। ਆ ਵੇਖੋ ਉਹਨੇ ਮੰਮਾ ਮੱਲੀ ਆ, ਅਤੇ ਇੱਧਰ ਵੇਖੋ ਆਂਦੀ ਪਰਾਂ ਹੋ ਜਾ, ਤੂੰ ਪਰਾਂ ਹੋ ਜਾ, ਆਂਦੀ ਮੰਮਾ ਮੇਰੀ ਆ। ਪਾਹੁਲ ਪਰਾਂ ਹਟਾ ਕੇ ਸਾਹ ਲੈਣਾ, ਪਰਾਂ ਆ ਜਾ, ਪਰਾਂ ਹੋ ਜਾ। ਪਾਹੁਲ ਪਰਾਂ ਹੋ, ਭਲਾ ਪਰਾਂ ਪਰਾਂ ਹੋ ਕੀ ਕਰਦੀ, ਲੈ ਪਰਾਂ ਹੋ ਗਿਆ ਹੁਣ ਦੱਸੋ। ਚਲ ਪਾਹੁਲ ਪਾਹੁਲ ਇੱਧਰ ਆ ਜਾਂਦਾ, ਫਿਰ ਆ ਗਿਆ ਪਾਹੁਲ ਇੱਧਰ, ਹੁਣ ਦੱਸ ਫਿਰ। ਮੰਮਾ ਨੀ ਮੰਨਣੀ ਚਾਹੀਦੀ,